सतगुरु जी हजूरी में सभायमान गुरु सवारी गुरु प्यारी साध संगत जी अज आप महान महापुरश संत बाबा जी सिंह लखनपुर वाले ने मिठी याद में एकत्र होए सारी साध संगत बाठ परिवार वालों और गली परिवार वालों ਧੁਰਗੀ ਬਾਣੀ ਅਲਾਹੀ ਬਾਣੀ ਰੱਬੀ ਬਾਣੀ ਦੇ ਅਖੰਡ ਪਾਠ ਦੇ ਭੋਗ ਪਏ ਉਹ ਪਰੰਤ ਦੀਵਾਨ ਸੱਜੇ ਨੇ ਜਿਸ ਵਿੱਚ ਆਪ ਜੀ ਨੇ ਗੁਰੂ ਘਰ ਦੇ ਰਾਗੀ ਸਾਹਿਬਾਨਾਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤੇ ਹਜ਼ਾਰ ਦੁੱਖ ਨਿਕਟ ਨਾ ਆਵੇ ਕੀਰਤਨ ਨਰੋਲ ਕਬੀਰਾ ਆਨੰਦ ਗੁਣੀ ਲਹੀਰਾ ਇਹਦੇ ਨੌ ਭਗਤੀਆਂ ਨੇ ਤੇ ਨਵਾਂ ਭਗਤੀਆਂ ਵਿੱਚੋਂ ਕੀਰਤਨ ਨੂੰ ਪ੍ਰਧਾਨਤਾ ਮਿਲੀ ਕਾਲੂ ਵੀ ਕੀਰਤਨ ਪ੍ਰਧਾਨਾ ਤੇ ਗੁਰਮੁਖ ਜਪੀਏ ਲਾਏ ਧਿਆਨਾ ਰਾਜੇ ਧਿਆਨ ਲਾਗੇ ਸੁਣ ਦੀ ਧਿਆਨ ਲਾਗੇ ਕਰਨ ਦੀ ਜੇ ਨਿਗਾਹ ਆਵੇ ਡਰਨਾ ਵਿੱਚ ਜੇ ਕਾਲੀ ਮਾਰ ਨਿਗਾਹ ਆਵੇ ਨਿਰੰਕਾਰ ਵਿੱਚ ਬਾਣੀ ਪੜ੍ਹੀ ਹੋਵੇ ਪਰਮੇਸ਼ਰ ਦੇ ਬੱਚਿਆਂ ਨੇ ਪੜ੍ਹੀ ਬਾਣੀ ਇੱਕ ਮਾਣ ਇਕਾਦਰ ਮਾਣ ਕਰਕੇ ਮਹਾਰਾਜ ਜੀ ਅਪਾਰ ਕਿਰਪਾ ਬਖਸ਼ੀ ਇਹ ਦਵਾ ਆਓ ਪਿਆਰਿਓ ਸਤਿਗੁਰੂ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਸੰਤਾਂ ਨੂੰ ਬੜਾ ਸਤਿਕਾਰ ਦਿੱਤਾ ਮਾਈ ਬਾਣੀ ਦੀ ਸੰਤ ਜਨਾ ਮੇਰ ਹਾਰ ਜਸ ਗਾਇਓ ਤੇ ਕੋਟ ਜਨਮ ਕੇ ਦੁੱਖ ਗਵਾਇਓ ਇੱਕ ਜਨਮ ਦੀ ਗੱਲ ਨੀ ਕਰੋੜਾਂ ਜਨਮਾਂ ਦੀ ਗੱਲ ਕਹਿਤੀ ਹੈ ਜੋ ਰੱਬ ਦੇ ਪਿਆਰੇ ਨੇ ਮਹਾਂਪੁਰਸ਼ ਨੂੰ ਉਹਨਾਂ ਦੇ ਨਾਲ ਮਿਲ ਕੇ ਉਹਦਾ ਜਸ ਗੈਨ ਕਰਨਾ ਨਿਰੰਕਾਰ ਨੂੰ ਕੋ ਮਹਾਰਾਜ ਕਹਿੰਦੇ ਆ ਗੁਰੂ ਅਪਾਰ ਦੀ ਕਪਾਰ ਕਿਰਪਾ ਸੇਵਾ ਕੋ ਦੋਏ ਪੜੇ ਇੱਕ ਸੰਤ ਇੱਕ ਰਾਮ ਰਾਮ ਦੇ ਰਾਧਾ ਮੁਕਤ ਕੋ ਇਹ ਸੰਤ ਚ ਪਾਵੇ ਨਾਮ ਜੋ ਨਿਰੰਕਾਰ ਰਾਮ ਭਈ ਪੁਰ ਪਰਮਾਤਮਾ ਉਹ ਕਰਦਾ ਹੈ ਇਹ ਸੰਤਾਂ ਨੂੰ ਵੀ ਨਾਮ ਜਪਾਉਂਦੀ ਤੈਨੂੰ ਰੱਬ ਮੇਰਨੇ ਦੀ ਜੁਗਤੀ ਸੰਤ ਪਤਾ ਸੇਵਾ ਸੰਤਾਂ ਦੀ ਸੇਵਾ ਕੀਤੀ ਹੈ ਸੰਤ ਬਾਬਾ ਅਜੀਤ ਸਿੰਘ ਲਖਨਪੁਰ ਵਾਲੇ ਜੋ ਹੱਥੀ ਸੇਵਾ ਕਰਦੇ ਨੇ ਹੱਥੀ ਕਮਾਈ ਕਰਦੇ ਨੇ ਸਾਦਾ ਜਿਹਾ ਜੀਵਨ ਪਰ ਬਿਰਤੀ ਬੜੀ ਉੱਚੀ ਹੈ ਇਹ ਲੰਮੇ ਚੋਲੇ ਨਹੀਂ ਪਾਏ ਲੰਮੇ ਦੇ ਮੈਂ ਗਾਲ ਚ ਮਾਲਾ ਨਹੀਂ ਪਾਈਆਂ ਬੜੀਆਂ ਬੜੀਆਂ ਗੱਡੀਆਂ ਨਹੀਂ ਰੱਖੀਆਂ ਲੇਕਿਨ ਨਾ ਸ਼ਰਧਾ ਦੇ ਨਾਲ ਪਿਆਰ ਨਾਲ ਨਿਰੰਕਾਰ ਨੂੰ ਚੇਤੇ ਕੀਤਾ ਹੈ ਤੇ ਚੇਤੇ ਕਰਕੇ ਨਿਰੰਕਾਰ ਨੂੰ ਤੇ ਮਹਾਂਪੁਰਸ਼ਾਂ ਨੇ ਉਹ ਪਦਵੀਆਂ ਪ੍ਰਾਪਤ ਕੀਤੀਆਂ ਸੰਤਨ ਪਿਛੇ ਖਾਏ ਕਨੇਰੀ ਸੰਤਾਂ ਦੀ ਸੰਗਤ ਕਰਨ ਵਾਲਿਆਂ ਦੇ ਨਾਲ ਮਹਾਰਾਜ ਦੀ ਅਪਾਰ ਕਿਰਪਾ ਕੋਸ਼ਿਸ਼ ਹੋ ਜਾਂਦੀ ਹੈ ਹੁਣ ਦੇਖੋ ਏਡਾ ਵੱਡਾ ਪਰਿਵਾਰ ਹੈ ਸਾਰੇ ਗੁਰਸਿੱਖ ਪਰਿਵਾਰ ਇਹ ਸੰਤਾਂ ਹੀ ਲੱਗ ਰਹੇ ਹਨ ਬਾਪੂ ਜੀ ਨੇ ਸੇਵਾ ਕੀਤੀ ਉਹਨਾਂ ਦੀ ਐਸੀ ਸੇਵਾ ਕੀਤੀ ਐਸਾ ਸਿਮਰਨ ਕੀਤਾ ਐਸਾ ਬੂਟਾ ਪ੍ਰਫੁੱਲਤ ਹੋਇਆ ਅੱਜ ਸਾਰੇ ਅਮਰੀਕਾ ਵਿੱਚ ਹੋ ਰਿਹਾ ਇਹ ਕਿਹਦੀ ਕਿਰਪਾ ਹੈ ਸੰਤਾਂ ਦੀ ਸਾਧੂ ਰੂਪ ਰੱਬ ਦਾ ਚਾਹੁੰਦੇ ਭਲਾ ਸਭ ਦਾ ਹੁੰਦੀ ਸਾਧੂਆਂ ਦੀ ਧੂੜ ਸਾਰੇ ਲੋਕਾਂ ਦੀ ਦਵਾ ਜੇ ਮੇਰੇ ਤੋਂ ਮਸਤਕ ਲਾਵਾਂ ਧੂੜ ਦੇ ਜਾਣ ਗੁਰੂ ਮਹਾਰਾਜ ਦੀ ਪਾਰ ਕਿਰਪਾ ਕੋਸ਼ਿਸ਼ ਹੋਵੇ ਤੇ ਇਹ ਦਾਤਾ ਮਿਲਦੀ ਹੈ ਸਾਧੂ ਮਿਲਦੇ ਰੱਬ ਦੇ ਪਿਆਰੇ ਹੁਣ ਅਗਲੀ ਵੀ ਕਿਹੜੀ ਮਹਾਂਪੁਰਸ਼ਾਂ ਦੇ ਆਪਾਂ ਖੰਡ ਪਾਠ ਪ੍ਰਾਰੰਭ ਕਰਦੇ ਬੜੇ ਪ੍ਰੇਮੀ ਨੇ ਬੜੇ ਪਿਆਰੇ ਨੇ ਜੋ ਗੁਰੂ ਪਾਤਸ਼ਾਹ ਦੇ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਨੇ ਮਹਾਂਪੁਰਸ਼ਾਂ ਸੰਗੀ ਨੇ ਮਹਾਂਪੁਰਸ਼ਾਂ ਦੀ ਅਪਾਰ ਕਿਰਪਾ ਉਹਨਾਂ ਦੀ ਹੁੰਦੀ ਹੈ ਜੋ ਉਹਨਾਂ ਦੇ ਬਦਲ ਸੁਣੇ ਆਓ ਪਿਆਰ ਦੇ ਨਾਲ ਮੈਂ ਬੰਦਨਾ ਲਾਵਾਂ ਉਪਰੰਤ ਇੱਕ ਸੰਤਾਂ ਦੇ ਪ੍ਰਥਾਏ ਛੰਦ ਲਾ ਕੇ ਸਮਾਪਤੀ ਕਰ ਰਹੀ ਹਾਂ ਮੇਰਾ ਸਤਿਕਾਰ ਸਾਧ ਦੇ ਸਤਿਕਾਰ ਜੋ ਬਾਬਾ ਜੀ ਆ ਪਿਆਰ ਅਸਰ ਹੋਣ ਲਈ ਬੰਦਾ ਮੇਰੇ
ਸਤਿਖੰਡ ਬਣ ਜਾਂਦਾ ਹੈ। ਉਹ ਨਗਰ ਦੇ ਕਰਮ ਜਾਗ ਪੈਂਦੇ ਨੇ, ਉਹ ਨਗਰ ਦੇ ਵਿੱਚ ਦੂਰਾਂ ਦੂਰਾਂ ਸੰਗਤਾਂ ਨੇ ਨਮਸਕਾਰਾਂ ਕਰਦੀਆਂ ਨੇ, ਕਿਤੇ ਕਿਤੇ ਤਪੱਸਿਆ ਕੀਤੀ ਹੈ, ਕਿਸੇ ਨੇ ਸਿਮਰਨ ਕੀਤਾ। ਸੰਤ ਅਜੀਤ ਸਿੰਘ ਨੱਥਰਪੁਰ ਵਾਲੇ ਮਹਾਂਪੁਰਸ਼ ਉਹ ਸਥਾਨ ਤੇ ਜਾਓ, ਧੂਣੇ ਕਰਦੇ ਨੇ। ਇਹ ਧੂਣੇ ਨੇ ਵੀ ਬੜੇ ਬੜੇ ਧੂਣੇ ਪਾ ਕੇ ਲੈ ਕੇ ਬੈਠੇ ਨੇ ਨਾ, ਲੰਗਰ ਚੱਲਦੇ ਨੇ, ਲੰਗਰਾਂ ਦੇ ਧੂਣੇ ਨੇ ਉੱਥੇ, ਲੰਗਰਾਂ ਦੀਆਂ ਖੁਸ਼ੀਆਂ ਬੇਰਾ ਮਿਲਦੀਆਂ ਨੇ। ਹੁਣ ਨਾ ਗਿਆ ਸੰਤਾਂ ਵਾਂਗ ਧੂਣੇ ਲਾ ਕੇ ਬਹਿਣਾ ਨਹੀਂ, ਇਹ ਸਾਡੇ ਗੁਰੂ ਨਾਨਕ ਦੇ ਘਰ ਦੇ ਧੂਣੇ ਉਹ ਨੇ ਜਿਹੜੇ ਲੰਗਰ ਚੱਲਦੇ ਨੇ, ਖੀਰਾਂ ਬਣਦੀਆਂ ਨੇ, ਕੜਾਹ ਬਣਦੇ ਨੇ, ਉਹ ਬੇਅੰਤ ਪਲਾ ਬਣਦੇ ਨੇ, ਸੰਗਤਾਂ ਛਕਦੀਆਂ ਨੇ ਤੇ ਉਹ ਦਿਨੇ ਰਾਤ ਲੰਗਰ ਚੱਲਦੇ ਰਹਿੰਦੇ ਨੇ। ਮਹਾਂਪੁਰਸ਼ਾਂ ਦੀਆਂ ਦੇਗਾਂ ਮਾਰੀਆਂ ਤੇ ਸੰਤਾਂ ਦੀ ਕਿਰਪਾ ਦੇ ਨਾਲ ਅਨੇਕਾਂ ਜੀ ਛੱਕ ਜਾਂਦੇ। ਆਓ ਇੱਕ ਸ਼ਬਦ ਹੋਰ ਲਾਉਣ ਲੱਗੇ ਆ, ਆਗੇ ਸਾਧੂ ਚਰਨ ਜਿੱਥੇ ਪਾਉਂਦੇ ਆ ਤੇ ਲੋਕੀ ਸੀਸ ਉਸੇ ਜਗ੍ਹਾ ਨੂੰ ਝੁਕਾਉਂਦੇ। ਕਿਉਂ ਝੁਕਾਉਂਦੇ ਨੇ? ਉਹ ਪਵਿੱਤਰ ਹੋ ਜਾਂਦੀ ਹੈ, ਉਹ ਪਾਵਨ ਹੋ ਜਾਂਦੀ ਹੈ, ਉਸ ਧਰਤੀ ਦੇ ਕਰਮ ਜਾਗ ਪੈਂਦੇ ਨੇ। ਭਾਗਾ ਵਾਲਿਓ, ਮਹਾਰਾਜ ਦੀ ਅਪਾਰ ਕਿਰਪਾ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਪਾਣੀ ਕਹਿੰਦੀ ਹੈ ਉਹ ਥਾਂ ਸੋਹਣਾ ਲੱਗਣ ਲੱਗ ਪੈਂਦਾ ਹੈ ਜਿੱਥੇ ਮਹਾਂਪੁਰਸ਼ ਬੈਠ ਜਾਂਦੇ ਨੇ, ਉਹ ਧਰਤੀ ਕਰਮਾਂ ਵਾਲੀ ਬਣ ਜਾਂਦੀ ਹੈ, ਭਾਗਾਂ ਵਾਲੀ ਬਣ ਜਾਂਦੀ। ਮਹਾਰੇ ਬਾਣੀ ਕਹਿੰਦੀ ਹੈ ਸਤਿਗੁਰ ਅਪਾਰ ਕਿਰਪਾ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ ਤੇ ਸੰਤ ਹਮਾਰਾ ਗਹਿਣਾ। ਸੰਤਾਂ ਨੂੰ ਮਾੜਾ ਨਹੀਂ ਕਹਿਣਾ ਕਿਸੇ, ਮਹਾਰਾਜ ਦੀ ਕਿਰਪਾ ਨਿੰਦਿਆ ਭਲੀ ਕਿਸੇ ਕੀ ਨਹੀਂ, ਮੂਰਖ ਮੂਰਖ ਕਰੇ। ਜੇ ਇੰਨੇ ਮਹਾਂਪੁਰਸ਼ਾਂ ਦੇ ਕਹੇ ਕੋਈ ਗਲਤੀ ਕਰਦੇ, ਇੱਕ ਤੇ ਸਾਰੇ ਥੋੜ੍ਹਾ ਨਿਕਲ ਲੈਣਾ ਆਪਾਂ ਨਾ, ਉਹ ਹੋਰ ਨੇ ਜੋ ਭੇਖ ਪਾ ਕੇ ਸੰਤਾਂ ਵਾਲਾ ਐਸਾ ਕੰਮ ਕਰਦੇ। ਜੋ ਮਹਾਂਪੁਰਸ਼ ਸੱਚੇ ਮਹਾਂਪੁਰਸ਼ ਨੇ ਉਹ ਰੱਬ ਦਾ ਨਾਮ ਜਪਾਉਂਦੇ, ਆਪ ਜਪੇ ਅਵਰੇ ਨਾਮ ਜਪਾ ਗਏ। ਹੁਣ ਸੰਤਾਂ ਨੂੰ ਆਪ ਸਿਮਰਨ ਕਰਦੇ ਨੇ ਤੇ ਸਿੱਖਿਆ ਦਿੰਦੇ, ਭਾਈ ਤੁਸੀਂ ਸਿਮਰਨ ਕਰੋ, ਆਪ ਅੰਮ੍ਰਿਤ ਛਕਦੇ ਨੇ ਤੇ ਕਹਿੰਦੇ ਤੁਸੀਂ ਅੰਮ੍ਰਿਤ ਛਕੋ। ਹੁਣ ਬਲੀ ਪਰਿਵਾਰ ਦੇ ਕੋਈ ਛੋਟੇ ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਛਕਿਆ, ਕਿਉਂ? ਸੰਤਾਂ ਦੀ ਲਗਨ ਹੈ, ਸੰਤਾਂ ਦੀ ਪੁੱਠ ਚੜੀ ਹੈ, ਸੰਤਾਂ ਦੀ ਸਿੱਖਿਆ ਲਈ ਹੈ, ਵੱਡੇ ਬਾਪੂ ਨੇ ਸੇਵਾ ਕੀਤੀ ਹੈ ਤੇ ਉਹ ਬੂਟਾ ਫਲਫੁੱਲ ਹੋ ਰਿਹਾ ਮਹਾਰਾਜ ਦੀ ਪਾਰ ਕਿਰਪਾ ਦੇ ਨਾਲ। ਆਓ ਸੰਤ ਪਿਆਰ ਨਾਲ ਸਰਵਣ ਕਰੀਏ, ਉਹਨਾਂ ਮਹਾਂਪੁਰਸ਼ਾਂ ਦੇ ਨਾਂ ਆਉਣਗੇ ਜਿਹਨੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਦਰਜ ਕੀਤੀ ਹੈ, ਪਿਆਰ ਨਾਲ ਸਰਵਣ ਕਰਨੀ। ਗੁਰੂ ਮਹਾਰਾਜ ਦੀ ਪਾਰ ਕਿਰਪਾ ਪੁੱਛ ਦੇਰ ਮਾਰਾ, ਸੰਤ ਸਰਨ ਜੋ ਜਨ ਕਰੇ ਸੋ ਜਨ ਉਧਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬੌਰ ਬਹੁ ਅਵਤਾਰ, ਆਗੇ ਫਕਰ ਚਰਨ ਜਿੱਥੇ ਪਾਉਂਦੇ ਆ ਲੋਕ ਸੀਸ ਉਸ ਜਗ੍ਹਾ ਨੂੰ ਜਗਾਉਂਦੇ ਆ, ਮੇਲਾ ਸੁੱਕੀਆਂ ਨੂੰ ਸਾਧੂ ਫੁੱਲ ਲਾਉਂਦੇ ਆ, ਆਪ ਸਾਧੂਆਂ ਦੇ ਕੋਲੋਂ ਰਹਿੰਦਾ ਦੂਰ ਸੰਗ ਦੇ ਹੁੰਦੀ ਸਾਧੂਆਂ ਦੀ ਗੱਲ ਮਨ ਦੂਰ ਸੰਗ ਦੇ ਗੱਲਾਂ ਬਾਤ ਵਾਲ ਕਰਦੇ ਹੁਕੀਰਨਾ, ਐਵੇਂ ਛੱਡ ਦੇ ਕਮਾਨ ਵਿੱਚੋਂ ਤੀਰਨਾ, ਜਿਵੇਂ ਪੱਥਰਾਂ ਤੋਂ ਵਿੱਚ ਦੀ ਲਕੀਰਨਾ, ਜਿਹੜਾ ਕਰਦੇ ਸੁਖਨ ਹੁੰਦਾ ਪਰ ਤੱਕਦਾ, ਪ੍ਰਭੂ ਜੁਗੋ ਜੁਗ ਭਗਤਾਂ ਦੀ ਪੈਜ ਰੱਖਦਾ, ਪ੍ਰਭੂ ਜੁਗੋ ਜੁਗ ਭਗਤਾਂ ਦੀ ਪੈਜ ਰੱਖਦਾ, ਭੇਦ ਨਾ ਕਿਸੇ ਨੂੰ ਅੰਦਰੂਨੀ ਆਖਦਾ, ਪ੍ਰਭੂ ਜੁਗੋ ਜੁਗ ਭਗਤਾਂ ਦੀ ਪੈਜ ਰੱਖਦਾ, ਪ੍ਰਭੂ ਜੁਗੋ ਜੁਗ ਭਗਤਾਂ ਦੀ ਪੈਜ ਰੱਖਦਾ। ਬਦਲੇ ਜ਼ਮਾਨੇ ਕੁਝ ਫੇਰ ਸੀ, ਖਾਜੇ ਰਾਮ ਜੀ ਨੇ ਪੀਲਣੀ ਦੇ ਦੇਰ ਸੀ, ਕੱਢੇ ਦੁਨੀਆ ਦੇ ਮਨਾਂ ਤੋਂ ਹਨੇਰ ਸੀ, ਹੁੰਦਾ ਸਾਧੂਆਂ ਦੇ ਮੁਖੜੇ ਤੇ ਦੂਰ ਸੰਗ ਤੇ, ਹੁੰਦੀ ਸਾਧੂਆਂ ਦੀ ਗੱਲ ਮਨ ਦੂਰ ਸੰਗ ਤੇ ਪ੍ਰਭੂ ਜੁਗੋ ਜੁਗ ਭਗਤਾਂ ਦੀ ਪੈਜ ਰੱਖਦਾ, ਪ੍ਰਭੂ ਜੁਗੋ ਜੁਗ ਭਗਤਾਂ ਦੀ ਪੈਜ ਰੱਖਦਾ। ਧਰਮ ਕਮਾਇਆ ਹਰੀ ਚੰਦ ਨੇ, ਲਿਖੇ ਕਾਸ਼ੀ ਵਿੱਚ ਰਾਣੀ ਭਰ ਜੰਦ ਨੇ, ਹੁਣ ਕੀਤੀ ਹੈ ਪ੍ਰੇਮ ਵਾਲੇ ਪੰਥ ਦੇ ਕਿਤੇ ਨਾਗ ਨਾ ਸਵਾਲ ਹੁਣ ਚੱਕ
मंगते रब बकरे तो पालिया किसाई ने ओदा प्रभु प्यार वेख्या लुकाई ने गीत गाए सिंधु से दिसण नाई ने उची हसती है वांग दूर संगते हुंदी साधुआं दी गल दूर संगते ओ सैदा बंदे सी बेड़ी तू पार तारदा वाजा दसवें गुरां नू रिद मारदा ਡਿੱਠਾ ਜਲਵਾ ਸੀ ਗੁਰਾਂ ਦੇ ਦੀਦਾਰ ਦਾ ਕਹੇ ਜੋਗੀ ਇੱਥੇ ਕੋਈ ਨੀ ਸਵਾਲ ਪੱਖਦਾ ਪ੍ਰਭੂ ਜੁਗੋ ਜੁਗ ਭਗਤਾਂ ਦੀ ਪੈਜ ਰੱਖਦਾ ਪ੍ਰਭੂ ਜੁਗੋ ਜੁਗ ਭਗਤਾਂ ਦੀ ਪੈਜ ਰੱਖਦਾ ਹਰ ਜੁਗ ਜੁਗ ਭਗਤ ਉਪਾਇਆ ਪੈ ਰੱਖਦਾ ਆਇਆ ਰਾਮ ਰਾਜ ਨਿਰੰਕਾਰ ਪਾਤਸ਼ਾਹ ਮਹਾਰਾਜ ਹਰ ਯੁਗ ਦੇ ਵਿੱਚ ਜੋ ਮਹਾਂਪੁਰਸ਼ ਹੋਏ ਨੇ ਉਹਨਾਂ ਦੀ ਪੈਜ ਰੱਖੀ ਥੰਮ ਪਾਪੀਆਂ ਚ ਪਾ ਕੇ ਕੀਤਾ ਲਾਲ ਸੀ ਮੂਹਰੇ ਖੜਾ ਹਰ ਰਾਕਸ ਚੰਡਾਲ ਸੀ ਜਦੋਂ ਲੱਗਾ ਪ੍ਰਹਲਾਦ ਪ੍ਰਹਲਾਦ ਭਗਤ ਛੋਟੀ ਉਮਰ ਦੇ ਵਿੱਚ ਗਿਆਨ ਹੋ ਗਿਆ ਸਿਮਰਨ ਕੀਤਾ ਕਿ ਰੱਬ ਨਿਰੰਕਾਰ ਹੈ ਮੇਰਾ ਪਿਓ ਰੱਬ ਨਹੀਂਗਾ ਕਹਿੰਦਾ ਜਲੇ ਹਰ ਰਾਕਸ ਖਲੇ ਹਰ ਰਾਕਸ ਥਾਏ ਤਾਂ ਆਪਣਾ ਨਾਮ ਚੁਕਾਉਣ ਡਿਆ ਗਿਆ ਸੀ ਹੰਕਾਰੀ ਬਣ ਕੇ ਰੱਬ ਦਾ ਸਰੀਕ ਬਣ ਕੇ ਬੈਠ ਗਿਆ ਫਿਰ ਉਹਦੇ ਕਾਲੀ ਪਲ ਚ ਪ੍ਰਹਲਾਦ ਪ੍ਰਗਟ ਕਰ ਦਿੱਤਾ ਉਹਨੇ ਉਸ ਨਿਰੰਕਾਰ ਨੂੰ ਪਾ ਕੇ ਥੰਮ ਵਿੱਚੋਂ ਪਾਠ ਪਰਮੇਸ਼ਰ ਤਾਂ ਹਰ ਜ਼ਰੇ ਜ਼ਰੇ ਵਿੱਚ ਪਰਮੇਸ਼ਰ ਮੌਜੂਦ ਹੈ ਜਿੱਥੇ ਵੇਖੇ ਉਹ ਦਰਸ਼ਨ ਹੁੰਦੇ ਨੇ ਪਰ ਪਰਮੇਸ਼ਰ ਆਪਣੇ ਸੰਤਾਂ ਦੀ ਆਪਣੇ ਸੇਵਕਾਂ ਦੀ ਹਰ ਥਾਂ ਪੈ ਰੱਖਦਾ ਬਾਣੀ ਕਹਿੰਦੀ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੱਲ੍ਹ ਤੁਸੀਂ ਕਹਿੰਦੇ ਤੁਸੀਂ ਗੁਰੂ ਦੇ ਬਣ ਜਾਓ ਗੁਰੂ ਤੁਹਾਡਾ ਬਣ ਜਾਵੇ ਜੇ ਤੁਸੀਂ ਗੁਰੂ ਵਾਲੇ ਨਹੀਂ ਬਣੋਗੇ ਤਾਂ ਗੱਲ ਨਹੀਂ ਬਣ ਨਮਸਕਾਰ ਕਰਦੇ ਆ ਤੇ ਗੁਰੂ ਨੂੰ ਮੰਨਦੇ ਆ ਤੇ ਗੁਰੂ ਦੀ ਗੱਲ ਵੀ ਮੰਨੀ ਮੈਂ ਕਹਿੰਦਾ ਦੋ ਚੀਜ਼ਾਂ ਨੂੰ ਅਸੀਂ ਫੋਲੋ ਕਰਦੇ ਮਹਾਰਾਜੀਆਂ ਨੂੰ ਮਹਾਰਾਜ ਹੁਕਮ ਸੀ ਜਿੱਥੇ ਸੰਗਤ ਜਾਵੇ ਇਸ ਵੇਲੇ ਸਿੱਖ ਜਾਵੇ ਗੁਰਦੁਆਰਾ ਬਣਾਵੇ ਸੋਹਣੇ ਗੁਰਦੁਆਰੇ ਬਣ ਗਏ ਆ ਦੂਜੀ ਕੀ ਗੱਲ ਸੀ ਸੋਹਣਾ ਲੰਗਰ ਚਲਾ ਗਏ ਵਧੀਆ ਲੰਗਰ ਚੱਲਣ ਡੇ ਪਏਗੀ ਸਬਜ਼ੀਆਂ ਪਏਗੀ ਚੀਜ਼ਾਂ ਬਣਦੀਆਂ ਮਠਿਆਈਆਂ ਵਾਧੂ ਬਣੀਆਂ ਪਈਆਂ ਨੇ ਪਰ ਇਹ ਤੀਜੀ ਗੱਲ ਹੈ ਨਾਮ ਜੇ ਕੁੰਡੀ ਉੱਥੋਂ ਕੰਨੀ ਵੀ ਸਰਾਉਂਦੇ ਆ ਨਾਮ ਦੇ ਲਾਗੇ ਨਹੀਂ ਆਉਂਦੇ ਜਿੰਨਾ ਨਾਮ ਸਿਮਰਨ ਕਰਨਾ ਚਾਹੀਦਾ ਸੀ ਉਹ ਪਿੱਛੇ ਕਰ ਦਿੱਤਾ ਹੈ ਪਰ ਲੰਗਰ ਨੂੰ ਜਾਲੀ ਕੁਦਰਤੀ ਮਹਾਨਤਾ ਜਾਲੀ ਮਹਾਨਤਾ ਪਿੰਡਗਾਂ ਨੂੰ ਦੇਤੀ ਬੜੇ ਬੜੇ ਗੁਰਦੁਆਰੇ ਬਣਾ ਲਓ ਪਰ ਸਿਮਰਨ ਕਰਨ ਵਾਸਤੇ ਚਾਹੀਦਾ ਨਾ ਹੁਣ ਖੰਡ ਪਾਠ ਖਾ ਲੈਂਦੇ ਹਾਂ ਲਾਗੇ ਕੋਈ ਬਹਿੰਦਾ ਹੀ ਨਹੀਂ ਕਰਮਾਂ ਵਾਲਾ ਪਰਿਵਾਰ ਲੱਗ ਸੁਣਦਾ ਹੋਵੇਗਾ ਗੁਰੂ ਦੀ ਗੱਲ ਸੁਣਨੀ ਨਹੀਂ ਤੇ ਗੱਲ ਕਿਵੇਂ ਬਣੇਗੀ ਲੰਗਰ ਚ ਜਾ ਕੇ ਜੋਰ ਲਾਈ ਉਹ ਸਾਈ ਦਿਹਾੜੀ ਚੀਜ਼ਾਂ ਬਣਾਈਆਂ ਉਹਦਾ ਚੀਜ਼ਾਂ ਲੋਕ ਘਰ ਨਹੀਂ ਖਾਈ ਜਾਂਦੇ ਬਣਾ ਬਣਾ ਕੇ ਲੇਕਿਨ ਗੱਲ ਇਹ ਹੈ ਜੋ ਖੰਡ ਪਾਠ ਪ੍ਰਾਰੰਭ ਕਰਾ ਲਿਆ ਪਰਿਵਾਰ ਦਾ ਇੱਕ ਜੀ ਦੋ ਜੀ ਗੁਰੂ ਘਰ ਦੇ ਗੁਰੂ ਸਾਹਿਬ ਦੇ ਕੋਲ ਬੈਠਣ ਘਰ ਪ੍ਰਾਹੁਣਾ ਆਇਆ ਹੋਵੇ ਉਹਨੂੰ ਬਈ ਜੀ ਵਿਆਹ ਚੀਜ਼ਾਂ ਖਵਾਈ ਜਾਓ ਕੋਈ ਸੇਵਾ ਕੋ ਲਾਗੇ ਨਾ ਪਾਓ ਅਰੇ ਚੰਗੇ ਬੰਦੇ ਮੈਂ ਤੁਹਾਡੇ ਘਰ ਆਇਆ ਤੁਹਾਨੂੰ ਲਾਗੇ ਬਹਿੰਦੇ ਜੀ ਐਸੀ ਗੱਲ ਹੈ ਜੇ ਗੁਰੂ ਕੋਲ ਲੈ ਕੇ ਬਹਾਂਗੇ ਨਾ ਬਾਣੀ ਸੁਣਾਂਗੇ ਨਾ ਬਾਣੀ ਸਮਝ ਕਿਵੇਂ ਆਵੇਗੀ ਧਾਗਾ ਵਾਲਿਓ ਖੰਡ ਪਾਠ ਭਾਵੇਂ ਇੱਕ ਕਰਾਓ ਭਾਵੇਂ ਦੋ ਕਰਾਓ ਬੇਨਤੀ ਹੈ ਆਪਣੇ ਰਿਸ਼ਤੇ ਦਾ ਸੱਦ ਲਓ ਬਹੁਤੀ ਗੱਲ ਹੈ ਕਿ ਅਸੀਂ ਸੇਵਾ ਨਹੀਂ ਤੁਸੀਂ ਸੇਵਾ ਕਰੋ ਮੰਗਰ ਵਿੱਚ ਅਸੀਂ ਬਾਣੀ ਸੁਣਾ ਅਸੀਂ ਗੁਰੂ ਸਾਹਿਬ ਕੋਲ ਲੈ ਕੇ ਬਹਾਂਗੇ ਤੇ ਇਸੇ ਦੇ ਨਾਲ ਪਾਠ ਸ਼ੁੱਧ ਹੁੰਦੀ ਹੈ ਇਸ ਦੇ ਨਾਲ ਬਾਣੀ ਦੀ ਕਿਰਪਾ ਹੁੰਦੀ ਹੈ ਇਸ ਦੇ ਨਾਲ ਸਾਨੂੰ ਗਿਆਨ ਹੁੰਦਾ ਹੈ ਕਿਉਂ ਗਿਆਨ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨੂੰ ਸੁਣਨ ਦੇ ਨਾਲ ਇਹਨੂੰ ਪੜ੍ਹਨ ਦੇ ਨਾਲ ਗਿਆਨ ਹੋਣਾ ਹੈ ਮੱਥੇ ਟੇਕ ਕੇ ਗੱਲ ਨਹੀਂ ਮੰਨਣੀ ਸਤਿਗੁਰ ਨੂੰ ਸਭ ਤੋਂ ਵੇਖਦਾ ਜੇ ਤਾਂ ਜਗਤ ਸੰਸਾਰ ਜਿੱਥਿਆਂ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ ਕਾਲਿਆ ਵਿਚਾਰ ਦੀ ਵਿਚਾਰ ਕਰਨੀ ਚਾਹੀਦੀ ਹੈ ਮਹਾਰਾਜ ਦੀ ਕਾਰ ਪਰ ਕਿਰਪਾ ਬਖਸ਼ਿਸ਼ ਵੇਖ ਜਿੱਥੇ ਦੋ ਗੱਲਾਂ ਤੁਸੀਂ ਮੰਨੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਤੀਜੀ ਗੱਲ ਇਹ ਮੰਨੋ ਬਾਣੀ ਪੜ੍ਹੋ ਤੇ ਉਹਦੇ ਭਰੋਸਾ ਰੱਖੋ ਬਾਣੀ ਦੇ ਅਨੁਸਾਰ ਜੀਵਨ ਢਾਲਣ ਕਰੋ ਮਾਰੀ ਬਾਣੀ ਕਹਿੰਦੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਰ ਕੇ ਉੱਠ ਹਾਰ ਨਾਮ ਧਿਆਵੇ ਉਦਮ ਕਰੇ ਭਰ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕੇ ਲੋਕ ਪਾਪ ਦੋ ਲੈ ਜਾਵੇ ਚੜੇ ਦਿਵਸ ਗੁਰਬਾਣੀ ਗਾਵੇ ਪੈਂਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਵੇ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਨ ਨਾਮ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਕਬਰੇ ਨਾਮ ਚ ਪਾਵੇ ਕੋ ਕੌਣ ਨੇ ਸਾਧੂ ਨੇ ਉਹਨਾਂ ਸਾਧੂ ਨੇ ਧੂੜ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਮੰਗਦਾ ਜੋ ਸਿਮਰਨ ਕਰਦੇ ਨੇ
सिमरन कराउंदे ने, लंगर छकदे ने, लंगर छकाउंदे ने, गुरु महाराज कृपा नाम सिमरन करदे बाणी पढ़ाउंदे ने। ए नहीं कि बाबा जी लंगर नहीं छकदे, बाबे की छकदे हो इहदे 2 किलो दुध लैओ बदाम पा के, बाबे होर की चीज आई है, 2 दर्जन केले लाए हो, इन्ने मेवे लाए हो, अजे साधु इन्नियां चीजां खाई रोटी लंघदी है, इहो जिहे साधु नहीं बनना। मार के दे छोटे कण करे पखंड, ना वो सुहागण ते ना वो रंग। महाराज कहिंदे आ सिर्फ बाणी गुरु नानक दा फॉलो करना, जो गुरु नानक साहिब कहिंदा है लंगर चलाए ने उन्होंने आप लंगर छके ने। हुण महाराज गुरु रामदास दे घर चले जाओ, उत्थे दा कन्नड़ हाथ वाली गल है, इन्नी दुनिया लंगर छकदी गुरु नानक साहिब दे घर, इन्नी दुनिया सवेर ते शाम दिने रात महाराज दी कृपा कोशिश हुंदी है। क्यों? इह सतगुरु दा सत्ते साझी वार सदाइण तू किसी ना दिसे बारा जीव। मेरी यो बेनती है कि महापुरुष संत बाबा जी से नंदन पुरवादी आप कह अनुसार चलना है, कि बाणी पढ़ो, बाणी की विचार करो, बाणी जे खंड पर रखाने हैं ते नाल बह के सुनिए ते महाराज की अपार कृपा बख्शिश हो जाए। दास तो बोलते हैं एक नहीं लेकर गलतियां भुला माफ, फतेह बुलाओ, खुशियां प्राप्त करो गुरु नानक के घर दियां। कह दो वाहिगुरु जी का खालसा।